ਸਤਿ ਸ਼੍ਰੀ ਅਕਾਲ ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ ਸਰੀ ਸਿਟੀ ਕਾਉਂਸਲ ਵੱਲੋਂ ਪੁਲਿਸ ਤਵਦੀਲੀ ਰੋਕਣ ਲਈ ਇੱਕ ਹੋਰ ਕਦਮ ਗਿਆ ਅਗੇ ਵਿਧਾਇਆ 63 ਦੇ ਨਾਲ ਪਾਸ ਕਰਨ ਤੋਂ ਬਾਅਦ ਰਿਪੋਰਟ ਭੇਜੀ ਜਾਏਗੀ ਸੋਲਿਸਟਰ ਜਨਰਲ ਨੂੰ ਲੋਅਰ ਮੇਨ ਲੈਂਡ ਆ ਤੇ ਬ੍ਰਿਟਿਸ਼ ਕੋਲੰਬੀਆ ਦੇ ਇਸ ਇਲਾਕੇ ਦੇ ਵਿੱਚ ਡਿਪਾਰਟਮੈਂਟ ਕਰਾਈਮ ਰਿੰਗ ਵੱਲੋਂ ਡਰੱਗ ਮਾਫੀਆ ਦੇ ਵਿਰੁੱਧ ਵੱਡੀ ਕਾਰਵਾਈ 3 ਮਿਲੀਅਨ ਡਾਲਰ ਦੇ ਡਰੱਗਾਂ ਤੇ ਡਰੱਗ ਮਨੀ ਬਰਾਮਦ ਸੁਪਰਬੀਜ਼ ਲਈ ਅਰਜ਼ੀਆਂ ਦੇਣ ਵਾਲੇ ਹੁਣ ਮਹੀਨਾਵਾਰ ਦੇ ਸਕਣਗੇ ਇੰਸ਼ੋਰੈਂਸ ਪੱਕਾ ਇੰਸ਼ੋਰੈਂਸ ਜਮ੍ਹਾਂ ਕਰਵਾਉਣ ਦਾ ਫੈਸਲਾ ਸਰਕਾਰ ਨੇ ਲਿਆ ਵਾਪਸ ਹੁਣ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਸਰੀ ਸਿਟੀ ਕਾਉਂਸਲ ਵੱਲੋਂ ਪੁਲਿਸ ਤਬਦੀਲੀ ਰੋਕਣ ਲਈ ਇੱਕ ਕਦਮ ਹੋਰ ਅੱਗੇ ਵਧਾਇਆ ਗਿਆ ਇਸ ਤਬਦੀਲੀ ਨੂੰ ਰੋਕਣ ਲਈ ਤਿਆਰ ਕੀਤੀ ਗਈ ਰਿਪੋਰਟ ਨੂੰ ਬੀਸੀ ਸਰਕਾਰ ਅਤੇ ਸੋਲਿਸਟਰ ਜਨਰਲ ਨੂੰ ਭੇਜਣ ਦੇ ਲਈ ਕਾਉਂਸਲ ਵੱਲੋਂ ਵੋਟ ਦਿੱਤੀ ਗਈ। ਇਸ ਵਾਰ ਹੈਰਾਨੀ ਦੀ ਗੱਲ ਇਹ ਰਹੀ ਕਿ ਰਿਪੋਰਟ 6-3 ਦੇ ਨਾਲ ਪਾਸ ਹੋਈ। ਸ਼ਰੀਫਾਸਟ ਦੇ ਕਾਉਂਸਲਰ ਬੇਸ਼ੱਕ ਇਸ ਰਿਪੋਰਟ ਨੂੰ ਨਕਾਰ ਰਹੇ ਸਨ ਅਤੇ ਆਖ ਰਹੇ ਸਨ ਕਿ ਇਸ ਵਿੱਚ ਬਹੁਤ ਕੁਝ ਗਲਤ ਅਤੇ ਸਰੀ ਪੁਲਿਸ سپورਟ ਦਾ ਪੱਖ ਬਿਨਾਂ ਸੁਣੇ ਕੀਤਾ ਗਿਆ। ਪਰ ਸ਼ਰੀਫਾਸਟ ਦੇ ਮਾਈਕ ਬੋਸ ਨੇ ਇਸ ਦੇ ਹੱਕ ਦੇ ਵਿੱਚ ਵੋਟ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਬੇਸ਼ੱਕ ਮੇਅਰ ਚੋਣਾ ਦੌਰਾਨ 4 ਸਾਲਾਂ ਦੌਰਾਨ 520 ਮਿਲੀਅਨ ਡਾਲਰ ਬਚਣ ਦਾ ਦਾਵਾ ਕਰ ਰਹੀ ਸੀ ਪਰ 88 ਛਪਿਆਂ ਦੀ ਇਸ ਰਿਪੋਰਟ ਵਿੱਚ 5 ਸਾਲਾਂ ਦੌਰਾਨ 284.4 ਮਿਲੀਅਨ ਡਾਲਰ ਦੀ ਬਚਤ ਹੋਣ ਦੀ ਗੱਲ ਆਕੀ ਗਈ ਹੈ ਸੁਰਿਸਟਰ ਜਨਰਲ ਮਾਈਕ ਫਰਨਵਰਥ ਵੱਲੋਂ ਰਿਪੋਰਟ ਮਿਲਣ ਤੋਂ ਬਾਅਦ ਇਸ ਦੀ ਸਮੀਖਿਆ ਕੀਤੀ ਜਾਏਗੀ ਇਸ ਰਿਪੋਰਟ ਨੂੰ 734 ਅਫਸਰਾਂ ਦੀ ਤੈਨਾਤੀ ਦੇ ਆਧਾਰ ਤੇ ਤਿਆਰ ਕੀਤਾ ਗਿਆ ਹੈ ਇਸ ਦੇ ਪਾਸ ਹੋਣ ਤੋਂ ਬਾਅਦ ਮੇਅਰ ਬ੍ਰੈਂਡਾ ਲੋਕ ਨੇ ਕਿਹਾ ਹੈ ਕਿ ਸਰੀ ਸ਼ਹਿਰ ਦੇ ਟੈਕਸ ਤਦਾਤਾਮਾਂ ਉੱਤੇ ਬੇਲੋੜੇ ਬੋਝ ਨੂੰ ਰੋਕਣ ਦੇ ਲਈ ਇਸ ਪੁਲਿਸ ਤਬਦੀਲੀ ਨੂੰ ਰੋਕਣਾ ਜ਼ਰੂਰੀ ਹੈ। ਉਹਨਾਂ ਇਹ ਵੀ ਕਿਹਾ ਕਿ ਸਿਟੀ ਅਧਿਕਾਰੀਆਂ ਵੱਲੋਂ ਰਿਪੋਰਟ ਵਿੱਚ ਸਰੀ ਪੁਲਿਸ ਬੋਰਡ ਪ੍ਰਤੀ ਨਰਮਾਈ ਵਰਤੀ ਗਈ ਹੈ ਅਤੇ ਜ਼ਿਆਦਾ ਕੁਝ ਕੱਢ ਕੇ ਸਾਹਮਣੇ ਨਹੀਂ ਲਿਆਂਦਾ ਗਿਆ। ਮੇਰ ਮੁਤਾਬਕ ਇਸ ਰਿਪੋਰਟ ਨਾਲ ਬਹੁਤ ਸਾਰੇ ਲੋਕ ਸਹਿਮਤ ਨਹੀਂ ਪਰ ਇਹ ਜ਼ਰੂਰੀ ਹੈ ਉਹਨਾਂ ਵਿਰੋਧ ਕਰ ਰਹੇ ਕਾਉਂਸਲਰਾਂ ਤੇ ਸ਼ਰੀ ਪੁਲਿਸ ਬੋਰਡ ਦੇ ਦਾਅਵਿਆਂ ਉੱਤੇ ਚਿੰਤਾ ਵੀ ਜ਼ਾਹਿਰ ਕੀਤੀ। ਕਾਬਲੇ ਗੌਰ ਹੈ ਕਿ ਸ਼ਰੀ ਸਹਿਰ ਦੇ ਵਿੱਚ ਪੁਲਿਸ ਤਬਦੀਲੀ ਦਾ ਮਸਲਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਚੋਣਾਂ ਦੇ ਦੌਰਾਨ ਵੀ ਇਹ ਅਹਿਮ ਮੁੱਦਿਆਂ ਦੇ ਵਿੱਚੋਂ ਇੱਕ ਸੀ ਤੇ ਮੌਜੂਦਾ ਮੇਅਰ ਬ੍ਰੈਂਡਾ ਲੋਕ ਵੱਲੋਂ ਇਸ ਮਸਲੇ ਦੇ ਉੱਪਰ ਜ਼ਰੂਰਤ ਤੋਂ ਜ਼ਿਆਦਾ ਦਿਖਾਈ ਜਾ ਰਹੀ ਤੇਜ਼ੀ ਹਰ ਇੱਕ ਲਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪਰ ਇਸ ਪੁਲਿਸ ਤਬਦੀਲੀ ਬਾਰੇ ਅੰਤਿਮ ਫੈਸਲਾ ਪਰਵਿੰਸ਼ੀਅਲ ਸਰਕਾਰ ਨੇ ਕਰਨਾ ਲੋਅਰ ਮੇਨਲੈਂਡ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਰੱਗ ਵੱਡੀ ਸਮੱਸਿਆ ਬਣੇ ਹੋਏ ਨੇ ਜਿਨ੍ਹਾਂ ਦਾ ਖਾਤਮਾ ਕਰਨ ਲਈ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਚਲਾਏ ਜਾਂਦੇ ਨੇ ਵੈਨਕੂਵਰ ਪੁਲਿਸ ਡਿਪਾਰਟਮੈਂਟ ਕ੍ਰਾਈਮ ਰਿੰਗ ਵੱਲੋਂ 3 ਮਿਲੀਅਨ ਡਾਲਰ ਦੇ ਡਰੱਗ ਅਤੇ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਇਸ ਮਾਮਲੇ 'ਚ ਹੁਣ ਤੱਕ 3 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਪੁਲਿਸ ਅਧਿਕਾਰੀਆਂ ਮੁਤਾਬਕ ਇੱਕ ਸਾਲ ਦੀ ਲੰਮੀ ਜਾਂਚ ਤੋਂ ਬਾਅਦ ਇਹ ਕਾਮਯਾਬੀ ਹਾਸਲ ਕੀਤੀ ਗਈ ਹੈ ਵੈਂਕੂਵਰ ਡਿਪਾਰਟਮੈਂਟ ਆਰਗੇਨਾਈਜੇਸ਼ਨ ਕਰਾਇਮ ਦੇ ਨਾਲ ਸੰਬੰਧਿਤ ਫਿਲਹਾਰਡ ਨੇ ਦੱਸਿਆ ਕਿ ਇਹ ਵੈਂਕੂਵਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਡਰੱਗ ਦਾ ਧੰਦਾ ਚਲਾ ਰਹੇ ਸਨ ਅਤੇ ਬ੍ਰਿਟਿਸ਼ ਕੋਲੰਬੀਆ ਤੋਂ ਬਾਹਰ ਵੀ ਇਹਨਾਂ ਵੱਲੋਂ ਤਸਕਰੀ ਦਾ ਕੰਮ ਕੀਤਾ ਜਾਂਦਾ ਸੀ। ਉਹਨਾਂ ਆਖਿਆ ਕਿ ਨਸ਼ਿਆਂ ਨੂੰ ਜੜ ਤੋਂ ਖਤਮਾ ਕਰਨ ਦੇ ਲਈ ਅਸੀਂ ਵਚਨਬੱਧ ਹਾਂ ਤੇ ਸਟਰੀਟ 'ਤੇ ਡਰੱਗ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਨੂੰ ਰੋਕਣ ਤੱਕ ਇਹ ਆਪਰੇਸ਼ਨ ਜਾਰੀ ਰਹਿਣਗੇ। ਪ੍ਰੋਜੈਕਟ ਟੋਰਕ ਦੇ ਅਧੀਨ ਪੁਲਿਸ ਵੱਲੋਂ ਤਲਾਸ਼ੀ ਦੌਰਾਨ 16.5 ਕਿਲੋਗ੍ਰam ਕੋਕੀਨ 88 ਕਿਲੋਗ੍ਰam ਕਟਿੰਗ ਏਜੰਟਸ ਤੇ 72 ਕਿਲੋਗ੍ਰam ਫੈਂਟਨਾਈਲ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਹੈਂਡਗਨ ਗੋਲਾ ਬਰੂਦ ਬਾਡੀ ਆਰਮਰ ਅਤੇ 1,23,000 ਡਾਲਰ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ ਕਾਬਲੇਗੌਰ ਹੈ ਕਿ 2016 ਤੋਂ BC ਵਿੱਚ ਨਸ਼ਿਆਂ ਨਾਲ ਹੋਣ ਵਾਲੀਆਂ ਓਵਰਡੋਜ਼ ਦੀਆਂ ਮੌਤਾਂ ਨੂੰ ਐਮਰਜੈਂਸੀ ਐਲਾਨਿਆ ਗਿਆ ਤੇ ਹੁਣ ਤੱਕ 10000 ਮੌਤਾਂ ਓਵਰਡੋਜ਼ ਦੇ ਨਾਲ ਹੋ ਚੁੱਕੀਆਂ ਨੇ ਤੇ ਇਹ ਸਿਲਸਲਾ ਲਗਾਤਾਰ جاری ਹੈ ਜ਼ਰੂਰਤ ਹੈ ਕਿ ਨਸ਼ਿਆਂ ਦੇ ਖਿਲਾਫ ਚੱਲ ਰਹੀ ਇਸ ਮਹਿੰਮ ਨੂੰ ਸਾਂਝੇ ਆਪਰੇਸ਼ਨ ਰਾਹੀਂ ਹੋਰ ਤੇਜ਼ ਕੀਤਾ ਜਾਵੇ ਤਾਂਕਿ ਡਰੱਗ ਦੀ ਅਲਾਮਤ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਖਤਮ ਕੀਤਾ ਜਾ ਸਕੇ ਬੇਸ਼ੱਕ ਪੁਲਿਸ ਵੱਲੋਂ ਤਨਹਦੇਹੀ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਮੌਜੂਦਾ ਪ੍ਰੀਮੀਅਰ ਡੇਵਿਡ ਈਵੀ ਦੇ ਵੱਲੋਂ ਵੀ ਫੈਡਰਲ ਸਰਕਾਰ ਦੇ ਨਾਲ ਮਿਲ ਕੇ ਡਰੱਗਸ ਵਿਰੁੱਧ ਰਣਨੀਤੀ ਤਹਿਤ ਸਖਤ ਕਦਮ ਚੁੱਕਣ ਦੀ ਗੱਲਬਾਤ ਆਖੀ ਜਾ ਰਹੀ ਹੈ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕਿਹਾ ਹੈ ਕਿ ਜੇ ਟਰੂਡੋ ਸਰਕਾਰ ਹੈਲਥ케ਅਰ ਸੰਕਟ ਨਾਲ ਨਜਿੱਠਣ ਲਈ ਕੋਈ ਕਾਰਵਾਈ ਨਹੀਂ ਕਰਦੀ ਤਾਂ ਐਨਡੀਪੀ 2025 ਤੱਕ ਲਿਬਰਲ ਸਰਕਾਰ ਨੂੰ ਸਮਰਥਨ ਦੇਣ ਲਈ ਕੀਤੇ ਸਮਝੌਤੇ ਤੋਂ ਪਿੱਛੇ हट ਜਾਵੇਗੀ ਮਾਰਚ ਮਹੀਨੇ 'ਚ ਐਨਡੀਪੀ ਦੀਆਂ ਕੁਝ ਮੁੱਖ ਤਰਜੀਹਾਂ ਜਿਸ ਵਿੱਚ ਹੈਲਥ케ਅਰ ਵੀ ਸ਼ਾਮਲ ਹੈ ਇਸ ਨੂੰ ਪੂਰਾ ਕਰਨ ਦੇ ਵਾਅਦੇ ਦੇ ਬਦਲੇ ਲਿਬਰਲ ਸਰਕਾਰ ਨੇ 2025 ਤੱਕ ਐਨਡੀਪੀ ਦਾ ਸਮਰਥਨ ਹਾਸਲ ਕੀਤਾ ਸੀ ਭਾਵੇਂ ਸਮਝੌਤੇ ਦੀਆਂ ਕੁਝ ਸ਼ਰਤਾਂ ਕਾਫੀ ਸਪਸ਼ਟ ਸਨ ਪਰ ਹੈਲਥ케ਅਰ ਲਈ ਵਾਅਦੂ ਨਿਰੰਤਰ ਨਿਵੇਸ਼ ਦਾ ਜ਼ਿਕਰ ਹੈ ਪਰ ਇਸ ਵਿੱਚ ਕੋਈ ਸਪਸ਼ਟ ਰਕਮ ਜਾਂ ਸਪਸ਼ਟ ਮਿਆਦ ਸ਼ਾਮਲ ਨਹੀਂ ਹੈ ਓਟਵਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਗਮੀਤ ਸਿੰਘ ਨੇ ਕਿਹਾ ਕਿ ਇਸ ਸਮੇਂ ਹੈਲਥ케ਅਰ ਕ੍ਰਾਈਸਿਸ ਸਭ ਦੇ ਸਾਹਮਣੇ ਦਿਖ ਰਿਹਾ ਹੈ ਬੱਚਿਆਂ ਦੇ ਹਸਪੀਟਲਾਂ ਦੇ ਵਿੱਚ ਵੇਟਿੰਗ ਸਭ ਦੇ ਸਾਹਮਣੇ ਹੈ ਸੋ ਜ਼ਰੂਰਤ ਹੈ ਕਿ ਪ੍ਰਧਾਨ ਮੰਤਰੀ ਹੈਲਥ ਕੇਅਰ ਦੀ ਸਮੱਸਿਆ ਨੂੰ ਗੰਭੀਰਤਾ ਦੇ ਨਾਲ ਲੈਣ ਤੇ ਪ੍ਰੀਮੀਅਰਸ ਦੇ ਨਾਲ ਇਸ ਵਿਸ਼ੇ ਨੂੰ ਵਿਚਾਰਨ ਚਿਲड्रन ਹੈਵ ਡਾਈਡ ਇਨ ਇਨ ਅਲਬਰਟਾ ਔਰ ਇਨ ਬੀਸੀ ਐਂਡ ਇਨ ਆਟਵਾ ਦ ਰੈੱਡ ਕਰਾਸਸ ਹੈਵ ਟੂ ਬੀ ਕਾਲਡ ਇਨ ਟੂ ਚਿਲड्रनਸ ਹਸਪੀਟਲਸ ਵੀ ਆਰ ਫੇਸਡ ਵਿਦ ਅ ਸੀਰੀਅਸ ਕ੍ਰਾਈਸਿਸ Parents are dealing with, and children are dealing with agonizing wait times where having a child unable to breathe for any amount of time is heartbreaking. And that is something that parents are going through right now across the country. And we know that healthcare workers are, are burnt out, are pushed to the limit. These are people who care deeply about their patients, who care deeply about people, and are feeling like they're unable to do their work because they're so understaffed and under resourced. We are at a breaking point. Things are very serious and it's specifically for our children's hospital. Our children are at risk right now. Given how serious it is, it is wrong that the prime minister of this country is not showing up to deal with this national crisis. Justin Trudeau has a responsibility to sit down with premiers and find a solution. First and foremost, that is the number th one thing we're calling for. Say so given how serious this is, the prime minister needs to show up. If I was prime minister, that way, that's what I would do immediately. Meet with the premiers, look for solutions. And there's a number of things we can do. We know that the solutions are, are going to require making sure we increase our recruitment, so more training of, of frontline healthcare workers, making sure that there, there are more spaces available. And that's something the federal government can help with. We need to make sure that if anyone in this country has international training in healthcare, they're able to work in that field. We can't afford not to have people in our country, or we can't afford for them not to be able to work. People who are trained in their fields need to be able to work in their fields. And finally, we need to make sure there's good pay. And the federal government made some commitments. Justin Trudeau made some promises. He should follow through with those promises to make sure people get uh, a good, decent wage when it comes to health care. And there's a number of additional steps we can take. But fundamentally, what we're asking for is given how serious this is, the prime minister needs to step up, the federal government needs to step up. and deal with this crisis. ਯੋਧਰ RCMP ਵੱਲੋਂ ਘੋਸ਼ਣਾ ਕੀਤੀ ਗਈ ਹੈ ਕਿ ਸਰੀ ਦੇ ਵਾਈਟ ਰੌਕ ਇਲਾਕੇ 'ਚ ਸਰਚ ਵਾਰੰਟ ਲਾਗੂ ਕੀਤੇ ਜਾਣ ਤੋਂ ਬਾਅਦ ਤਿੰਨ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮੌਕੇ 14 ਮਿਲੀਅਨ ਡਾਲਰ ਦੀ ਡਰੱਗ ਕਮਾਈ ਨੂੰ ਬਿਜ਼ਨਸ ਰਾਹੀਂ ਤੇ ਹੋਰ ਰਿਸੋਰਸਸ ਰਾਹੀਂ ਹਵਾਲੇ ਰਾਹੀਂ ਇੱਕ ਨੰਬਰ 'ਚ ਲਿਆਉਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। RCMP ਵੱਲੋਂ 2019 ਦੇ ਵਿੱਚ ਜਾਂਚ ਸ਼ੁਰੂ ਕੀਤੀ ਗਈ ਸੀ ਜਿਸ ਤੋਂ ਬਾਅਦ BC RCMP ਫੈਡਰਲ ਸੀਰੀਅਸ ਐਂਡ ਆਰਗੇਨਾਈਜ਼ਡ ਬੰਦੋ ਇੱਕ ਕੈਨਾਬਿਸ ਕਾਰੋਬਾਰ ਦੀ ਜਾਂਚ ਵਿੱਢੀ ਗਈ ਸੀ ਜੋ ਕਿ ਮੇਲ ਰਾਹੀਂ ਡਰੱਗ ਸਪਲਾਈ ਕਰਦਾ ਸੀ ਇਸ ਤਰ੍ਹਾਂ ਸਾਹਮਣੇ ਆਇਆ ਕਿ 14 ਮਿਲੀਅਨ ਅਪਰਾਧਿਕ ਕਮਾਈ ਨੂੰ ਵੱਖ-ਵੱਖ ਕੰਪਨੀਆਂ ਅਤੇ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚਾਇਆ ਗਿਆ ਹੈ ਆਰਸੀਐਮਪੀ ਮੁਤਾਬਕ ਐਫਐਸਓਸੀ ਤੇ ਐਫਆਈ ਰਾਹੀਂ ਇਹਨਾਂ ਵੱਲੋਂ ਰੀਅਲ ਅਸਟੇਟ ਲਗਜ਼ਰੀ ਵਾਹਨਾ ਅਤੇ ਹੋਰ ਲਗਜ਼ਰੀ ਸਮਾਨ ਉੱਪਰ ਪੈਸਾ ਅਕਾਊਂਟਸ 'ਚ ਕੁਮਾਇਆ ਗਿਆ ਇਸ ਸਬੰਧੀ ਸਰਚ ਵਾਰੰਟ 30 ਨਵੰਬਰ ਨੂੰ ਜਾਰੀ ਕੀਤੇ ਗਏ ਸਨ ਅਤੇ ਇੱਕ ਕੈਨਵਸ ਸਟੋਰ ਅਤੇ ਇਸ ਤੋਂ ਇਲਾਵਾ ਰੇ ਸ਼ੀ ਰੈਂਟਲ ਘਰ ਵਿੱਚ ਸਾਰਾ ਸਮਾਨ ਹੋਣ ਦੀ ਸ਼ੰਕਾ ਸੀ ਜਿਸ ਦੇ ਬਾਅਦ ਆਰਸੀਐਮਪੀ ਵੱਲੋਂ ਕੈਨਵਸ ਸਟੋਰ ਤੋਂ ਚਲਦੇ ਡਰਗ ਤਸਕਰੀ ਦੇ ਧੰਦੇ ਦਾ ਪਰਦਾ ਫਾਸ਼ ਕੀਤਾ ਗਿਆ ਜਿੱਥੋਂ ਕਿ ਵੱਡੀ ਮਾਤਰਾ ਦੇ ਵਿੱਚ ਕੈਨਵਸ ਦੇ ਨਾਲ ਸਬੰਧਤ ਡਰੱਗਸ ਤੇ ਹਥਿਆਰ ਬਰਾਮਦ ਕੀਤੇ ਗਏ ਨੇ ਇਸ ਤੋਂ ਇਲਾਵਾ ਅਪਰਾਧੀ ਦੀ ਸ਼ੱਕੀ ਕਮਾਈ ਨਾਲ ਬਣਾਏ ਸਮਾਨ ਨੂੰ ਵੀ ਜ਼ਬਤ ਕੀਤਾ ਗਿਆ ਜਿਸ ਵਿੱਚ 2 ਲੱਖ ਡਾਲਰ ਕੈਸ਼, 골ਡ 바ਰਸ, ਲਗਜ਼ਰੀ ਵਹੀਕਲਸ, ਪ੍ਰੋਪਰਟੀਆਂ ਤੇ ਕੈਨਵਸ ਸਟੋਰ ਦੀ ਪੈਕਿੰਗ ਤੇ ਬਾਕੀ ਸਮਾਨ ਸ਼ਾਮਲ ਨੇ ਇਸ ਤੋਂ ਇਲਾਵਾ ਕੰਪਿਊਟਰਸ ਨੂੰ ਵੀ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲਿਆ ਆਰਸੀਐਮਪੀ ਅਧਿਕਾਰੀਆਂ ਨੇ ਕਿਹਾ ਕਿ ਮਨੀ ਲਾਂਡਰਿੰਗ ਇੱਕ ਗੰਭੀਰ ਅਪਰਾਧ ਹੈ ਜੋ ਕਿ ਕੈਨੇਡੀਅਨਾਂ ਦੇ ਨਾਲ-ਨਾਲ ਇੰਟਰਨੈਸ਼ਨਲ ਪੱਧਰ ਤੇ ਵੀ ਸਿਕਿਉਰਟੀ ਨੂੰ ਪ੍ਰਭਾਵਿਤ ਕਰਦਾ ਹੈ RCMP ਮੁਤਾਬਕ ਜੇਕਰ ਕਿਸੇ ਨੂੰ ਵੀ ਹੋਰ ਅਜਿਹੇ ਅਪਰਾਧ ਜਾਂ منی ਲਾਂਡਰਿੰਗ ਤੇ ਡਰੱਗ ਦੀ ਇਨਵੋਲਵਮੈਂਟ ਸੰਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਨੂੰ ਮੁਹੱਈਆ ਕਰਵਾ ਸਕਦਾ ਹੈ ਤੇ ਉਸ ਦੇ ਵਿਰੁੱਧ ਜਾਂਚ ਪੜਤਾਲ ਤੋਂ ਬਾਅਦ ਕਾਰਵਾਈ ਜ਼ਰੂਰ ਕੀਤੀ ਜਾਏਗੀ ਕਾਲਿੰਗ ਵੋਟ ਵਿੱਚ অন্ਟਾਰੀਓ ਦੀ ਸਿਹਤ ਮੰਤਰੀ ਸਿਲਵੀਆ ਜੋਨਸ ਨੇ ਘੋਸ਼ਣਾ ਕੀਤੀ ਹੈ ਕਿ অন্ਟਾਰੀਓ ਸਰਕਾਰ ਸੂਬੇ ਭਰ ਚ 27 MRI ਮਸ਼ੀਨਾਂ ਦੇ ਸੰਚਾਲਨ ਲਈ 20 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਜਾ ਰਹੀ ਹੈ ਜਿਸ ਵਿੱਚ ਇੱਕ ਕਲਿੰਗਵੁੱਡ ਜਨਰਲ ਅਤੇ ਮਰੀਨ ਹਸਪਤਾਲ ਸ਼ਾਮਲ ਨੇ ਜੋਨਸ ਨੇ ਦਾਅਵਾ ਕੀਤਾ ਹੈ ਕਿ 온ਟਾਰੀਓ ਸਰਕਾਰ ਸਿਹਤ ਸੰਭਾਲ ਦੇ ਮੁੱਦੇ ਨੂੰ ਗੰਭੀਰਤਾ ਦੇ ਨਾਲ ਵਿਚਾਰ ਰਹੀ ਹੈ ਤੇ 온ਟਾਰੀਓਜ਼ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਲਈ ਸਰਕਾਰ ਵੱਲੋਂ ਲਗਾਤਾਰ ਕਦਮ ਚੁੱਕੇ ਜਾ ਰਹੇ ਨੇ ਇਸ ਤੋਂ ਇਲਾਵਾ 50 ਤੋਂ ਜ਼ਿਆਦਾ ਹਸਪਤਾਲਾਂ ਦੇ ਵਿਸਤਾਰ ਨੂੰ ਲੈ ਕੇ Today, I am very pleased to announce additional steps to improve access to care right here in South Georgian Bay and across Ontario. Our government is investing over $20 million to support the addition of 27 new MRI machines in hospitals across Ontario. This funding will allow patients, including those in small and rural communities, to receive necessary and critical diagnostic imaging closer to home. And for Collingwood General and Marine Hospital, this investment will provide the funding needed to operate your very own, very first MRI. Several other hospitals in small and rural communities across Ontario will also receive funding to operate their first MRI machine. This funding will provide closer and more convenient access to diagnostic imaging for local patients, and I don't need to tell the healthcare professionals in this room what it means to have access to that information here, so that you don't have patients traveling um, in areas and communities that aren't as always as easy to uh, travel. With more MRI services throughout the province. Patients can be diagnosed, diagnosed faster and, if needed, begin treatment and follow up care even sooner. This investment is another way our government is ensuring Ontario hospitals have the funding and technology they need to continue delivering world class care. Thank you again to Collingwood General and Marine Hospital and all hospitals across Ontario. As well as the MRI technicians and imaging professionals across Ontario for your incredible dedication to providing Ontario patients with exceptional care. Our government will continue to work with you and our health partners to ensure our healthcare workers have the tools and resources they need now and into the future. and to continue building a stronger and more convenient healthcare system centered on the needs of patients and families. ਸੁਪਰ ਵੀਜ਼ੇ ਲਈ ਅਰਜ਼ੀਆਂ ਦੇਣ ਵਾਲੇ ਹੁਣ ਕਿਸ਼ਤਾਂ ਵਿੱਚ ਮੈਡੀਕਲ ਇੰਸ਼ੋਰੈਂਸ ਦੇ ਸਕਣਗੇ ਜੋ ਕਿ ਐਪਲੀਕੇਬਲਾਂ ਲਈ ਇੱਕ ਰਾਹਤ ਭਰੀ ਖਬਰ ਹੈ ਅਗਸਤ ਮਹੀਨੇ ਦੌਰਾਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸੁਪਰ ਵੀਜ਼ੇ ਦੀ ਅਰਜ਼ੀ ਦੇਣ ਸਮੇਂ ਸਾਰੀ ਮੈਡੀਕਲ ਇੰਸ਼ੋਰੈਂਸ ਫੀਸ ਇਕੱਠੀ ਭਰਨ ਦੀ ਸ਼ਰਤ ਲਗਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਅਰਜ਼ੀ ਦੇਣ ਵਾਲੇ ਬਹੁਤ ਪਰੇਸ਼ਾਨ ਸਨ ਨਿਯਮਾਂ ਵਿੱਚ ਤਬਦੀਲੀ ਕਰਨ ਦੀ ਮੰਗ ਨੂੰ ਲੈ ਕੇ ਕਈ ਲੋਕਾਂ ਵੱਲੋਂ ਲਗਾਤਾਰ ਇਮੀਗ੍ਰੇਸ਼ਨ ਵਿਭਾਗ ਤੱਕ ਪਹੁੰਚ ਬਣਾਈ ਜਾ ਰਹੀ ਸੀ ਆਖਰਕਾਰ ਸਰਕਾਰ ਵੱਲੋਂ ਇਸ ਬਾਰੇ ਫੈਸਲਾ ਬਦਲਿਆ ਗਿਆ ਹੈ ਕਾਬਲੇ ਗੌਰ ਹੈ ਕਿ ਜੋ ਵੀ ਵਿਅਕਤੀ ਆਪਣੇ ਮਾਪਿਆਂ ਨੂੰ ਜਾਂ ਬਜ਼ੁਰਗਾਂ ਨੂੰ ਸੁਪਰ ਵੀਜ਼ਾ ਤੇ ਅਪਲਾਈ ਕਰਨ ਦੇ ਲਈ ਸੱਦਾ ਹੈ ਤਾਂ ਉਸ ਨੂੰ ਇਸ ਦੇ ਨਾਲ 1 ਲੱਖ ਡਾਲਰ ਤੱਕ ਦਾ ਇੰਸ਼ੋਰੈਂਸ ਵੀ ਲੈ ਕੇ ਨਾਲ ਲਗਾਉਣਾ ਪੈਂਦਾ ਹੈ ਜਿਸ ਦਾ ਵਿਰੋਧ ਹਰ ਵੀਜ਼ਾ ਲੈਣ ਵਾਲੇ ਵਿਅਕਤੀ ਵੱਲੋਂ ਕੀਤਾ ਜਾ ਰਿਹਾ ਸੀ ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਜੂਨ ਮਹੀਨੇ ਦੌਰਾਨ ਐਲਾਨੇ ਗਏ ਨਵੇਂ ਨਿਯਮਾਂ ਤਹਿਤ ਕੈਨੇਡੀਅਨ ਕੰਪਨੀ ਤੋਂ ਮੈਡੀਕਲ ਇੰਸ਼ੋਰੈਂਸ ਲੈਣ ਦੀ ਲਾਜ਼ਮੀ ਨਾ ਹੋਣ ਦੀ ਗੱਲਬਾਤ ਕੀਤੀ ਗਈ ਹੈ ਪਰ ਵਿਨੇਕਾਰਾ ਵੱਲੋਂ ਆਪਣੇ ਦੇਸ਼ ਦੀਆਂ ਕੰਪਨੀਆਂ ਤੋਂ ਵੀ ਇੰਸ਼ੋਰੈਂਸ ਲੈ ਸਕਣ ਦੀ ਗੱਲ ਵੀ ਆਖੀ ਗਈ ਸੀ ਪਰ ਫਿਲਹਾਲ ਵਿਭਾਗ ਨੇ ਇਹਨਾਂ ਕੰਪਨੀਆਂ ਦੀ ਲਿਸਟ ਜਾਰੀ ਨਹੀਂ ਕੀਤੀ ਵਿਭਾਗ ਦੀ ਵੈੱਬਸਾਈਟ ਉੱਤੇ ਫਿਲਹਾਲ ਤੱਕ ਵੀ ਕੈਨੇਡੀਅਨ ਕੰਪਨੀਆਂ ਤੋਂ ਹੀ ਇੰਸ਼ੋਰੈਂਸ ਲੈਣ ਦੀ ਗੱਲ ਆਖੀ ਜਾ ਰਹੀ ਹੈ ਇੰਸ਼ੋਰੈਂਸ ਮਾਹਿਰਾਂ ਦਾ ਕਹਿਣਾ ਹੈ ਕਿ ਇਕੱਠੀ ਫੀਸ ਭਰਨ ਦੇ ਫੈਸਲੇ ਤੋਂ ਬਾਅਦ ਬਿਨੇਕਰ ਨਿਰਾਸ਼ ਹਨ ਕਾਬਲੇ ਗੌਰ ਹੈ ਕਿ ਫੈਡਰਲ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਸੁਪਰ ਵੀਜ਼ਾ ਤੇ ਕੈਨੇਡਾ 'ਚ ਰਹਿਣ ਦੀ ਮਿਆਦ 5 ਸਾਲ ਕੀਤੀ ਗਈ ਹੈ ਤੇ ਇਸ ਦੇ ਬਾਅਦ 2 ਸਾਲ ਦੀ ਐਕਸਟੈਂਸ਼ਨ ਦਾ ਵੀ ਪ੍ਰੋਵੀਜ਼ਨ ਹੈ ਪਰ ਇੰਸ਼ੋਰੈਂਸ ਨੂੰ ਲੈ ਕੇ ਲੋਕਾਂ 'ਚ ਪਰੇਸ਼ਾਨੀ ਦੇਖੀ ਜਾ ਰਹੀ ਸੀ ਜਿਸ ਨੂੰ ਹੁਣ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਬਦਲਿਆ ਗਿਆ ਹੈ ਹੁਣ ਸੁਪਰ ਵੀਜ਼ਾ ਦੀ ਐਪਲੀਕੇਸ਼ਨ ਲਗਵਾਉਣ ਵਾਲੇ ਮਹੀਨਾਵਾਰ ਇੰਸ਼ੋਰੈਂਸ ਲੈ ਸਕਣਗੇ ਜੋ ਕਿ ਪਹਿਲਾਂ ਪੂਰਾ ਇੰਸ਼ੋਰੈਂਸ ਲੈਣਾ ਪੈਂਦਾ ਸੀ ਸੋ ਇਹ ਇੱਕ ਵੱਡੀ ਰਾਹਤ ਤੇ ਤਬਦੀਲੀ ਜ਼ਰੂਰ ਹੈ ਟ੍ਰਾਂਟੋ ਦੀ ਇੱਕ ਮਸਜਿਦ ਵਿੱਚ ਸਵੇਰ ਦੀ ਨਵਾਜ਼ ਦੌਰਾਨ ਇਮਾਮ ਉੱਪਰ ਕਥਿਤ ਤੌਰ ਤੇ ਹਮਲਾ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਮਸਜਿਦ ਵੱਲੋਂ ਪੁਲਿਸ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਾਂਚ ਦੌਰਾਨ ਸਾਰੇ ਪਹਿਲੀਆਂ ਨੂੰ ਖੁੱਲ੍ਹ ਕੇ ਵਿਚਾਰੇ ਜਿਸ ਵਿੱਚ ਇਸ ਘਟਨਾ ਦੇ ਨਫ਼ਰਤ ਤੋਂ ਪ੍ਰੇਰਿਤ ਹੋਣ ਦੀ ਸੁਭਾਵਨਾ ਦਾ ਪਹਿਲੂ ਵੀ ਸ਼ਾਮਲ ਹੈ ਸਕਾਰਬ੍ਰੋ ਵਿੱਚ ਸਥਿਤ ਇਸਲਾਮਿਕ ਫਾਊਂਡੇਸ਼ਨ ਟ੍ਰਾਂਟੋ ਨੇ ਟਵੀਟ ਕੀਤਾ ਹੈ ਕਿ ਇੱਕ ਕੁਸਪੈਟੀਏ ਨੇ ਸਵੇਰ ਦੀ ਨमाज ਵਿੱਚ ਵਿਗਨ ਪਾਇਆ ਤੇ ਇਮਾਮ ਉੱਪਰ ਹਮਲਾ ਕੀਤਾ ਮਸਜਿਦ ਵਿੱਚ ਇਕੱਠੇ ਹੋਏ ਨमाजੀਆਂ ਵਿੱਚੋਂ ਦੋ ਵਿਅਕਤੀਆਂ ਨੇ ਉਸ ਨੂੰ ਤੁਰੰਤ ਕਾਬੂ ਕਰ ਲਿਆ ਅਤੇ 911 ਨੂੰ ਉੱਪਰ ਕਾਲ ਕੀਤੀ ਇਮਾਮ ਯੂਸਫ ਬਦਤ ਨੇ ਟਵੀਟ ਕੀਤਾ ਹੈ ਕਿ ਅੱਜ ਸਵੇਰੇ ਨमाज ਦੌਰਾਨ ਸਾਨੂੰ ਇੱਕ ਭਿਆਨਕ ਘਟਨਾ ਦਾ ਸਾਹਮਣਾ ਕਰਨਾ ਪਿਆ ਟ੍ਰਾਂਟੋ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਹਮਲੇ ਦੀ ਰਿਪੋਰਟ ਲਈ ਉਹਨਾਂ ਨੂੰ ਸਵੇਰੇ 7 ਵਜੇ ਮਸਜਿਦ 'ਚ ਬੁਲਾਇਆ ਗਿਆ ਸੀ ਮੀਡੀਆ ਅਧਿਕਾਰੀ ਸ਼ੈਨਨ ਈਮਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੋਈ ਦੋਸ਼ੀ ਤੇ ਹਲੇ ਦੋਸ਼ ਨਹੀਂ ਲਗਾਇਆ ਗਿਆ ਤੇ ਕਥਿਤ ਹਮਲਾਵਰ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਸ਼ੈਨਨ ਨੇ ਕਿਹਾ ਕਿ ਪੁਲਿਸ ਇਸ ਨੂੰ ਨਫ਼ਰਤ ਨਾਲ ਪ੍ਰੇਰਿਤ ਅਪਰਾਧ ਨਹੀਂ ਮੰਨਦੀ ਅਤੇ ਘਟਨਾ ਤੋਂ ਬਾਅਦ ਉਹ ਵਿਅਕਤੀ ਦੀ ਘਟਨਾ ਸਥਾਨ ਤੋਂ ਚਲਾ ਗਿਆ ਸੀ ਦੁਪਹਿਰ ਨੂੰ ਇੱਕ ਬਿਆਨ ਵਿੱਚ ਮਸਜਿਦ ਨੇ ਕਿਹਾ ਕਿ ਸਾਡੇ ਦਿਲ ਬਹੁਤ ਦੁਖੀ ਨੇ ਤੇ ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਬਹੁਤ ਸਾਰੇ ਲੋਕ ਗਹਿਰੀ ਚਿੰਤਾ ਵਿੱਚ ਨੇ ਤੇ ਸਾਡੇ ਕੋਲ ਨਿਰਧਾਰਿਤ ਕਰਨ ਲਈ ਲੋੜੀਂਦੀ ਜਾਣਕਾਰੀ ਨਹੀਂ ਹੈ ਕਿ ਇਸ ਘਟਨਾ ਦਾ ਕੀ ਕਾਰਨ ਸੀ ਬੇਸ਼ੱਕ ਪੁਲਿਸ ਸ਼ੁਰੂਆਤੀ ਜਾਂਚ ਦੇ ਵਿੱਚ ਇਸ ਘਟਨਾ ਨੂੰ ਨਫ਼ਰਤ ਤੋਂ ਪ੍ਰੇਰਿਤ ਨਹੀਂ ਦੱਸ ਰਹੀ ਹੈ ਪਰ ਇਸ ਤੋਂ ਪਹਿਲਾਂ ਵੀ ਟ੍ਰਾਂਟੋ ਅਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੁਸਲਿਮ ਭਾਈਚਾਰੇ ਪ੍ਰਤੀ ਨਫ਼ਰਤ ਨਾਲ ਪ੍ਰੇਰਿਤ ਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਜਿਸ ਕਰਕੇ ਮੁਸਲਿਮ ਭਾਈਚਾਰੇ ਦੇ ਵਿੱਚ ਚਰਚਾ ਕਿ ਇਹ ਵੀ ਉਸੇ ਪ੍ਰਕਾਰ ਦੀ ਘਟਨਾ ਹੋ ਸਕਦੀ ਹੈ ਪਰ ਇਸ ਬਾਰੇ ਸਾਰਾ ਕੁਝ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਨਿਕਲ ਕੇ ਸਾਹਮਣੇ ਆਏਗਾ ਪ੍ਰਿੰਸ ਜੋਰਜ ਆਰਸੀਐਮਪੀ ਵੱਲੋਂ ਦੋ ਲੋਕਾਂ ਦੀ ਤਸਵੀਰ ਜਾਰੀ ਕਰ ਉਹਨਾਂ ਦੀ ਭਾਲ 'ਚ ਮਦਦ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ 28 ਸਾਲਾ ਆਦਮੀ ਜੇਸਨ ਗ੍ਰਾਹਮ ਵਰਲੀ ਅਤੇ 24 ਸਾਲ ਦੀ ਔਰਤ ਰੋਬਿਨ ਮੋਰੈਲੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 12 ਦਸੰਬਰ ਦੀ ਸਵੇਰ ਤੋਂ ਬਾਅਦ ਦੋਵਾਂ ਨਾਲ ਕੋਈ ਸੰਪਰਕ ਨਹੀਂ ਬਣ ਸਕਿਆ ਜੇਸਨ ਗ੍ਰਾਹਮ ਬਰਲੀ ਨੂੰ ਕਕੇਸ਼ੀਅਨ ਮੂਲ ਦਾ ਵਿਅਕਤੀ ਅਤੇ ਰੋਬਿਨ ਮੋਰੈਲੀ ਨੂੰ ਇੰਡੀਸ਼ੀਅਨ ਅਸਮੂਲ ਦੀ ਔਰਤ ਦੱਸਿਆ ਜਾ ਰਿਹਾ ਹੈ ਪੁਲਿਸ ਤੇਰ ਪਰਿਵਾਰ ਦੋਵਾਂ ਦੇ ਠੀਕ ਠਾਕ ਹੋਣ ਸੰਬੰਧੀ ਕੋਈ ਸੂਚਨਾ ਨਾ ਹੋਣ ਕਾਰਨ ਬੇहद ਚਿੰਤਤ ਹੈ ਪੁਲਿਸ ਦਾ ਕਹਿਣਾ ਹੈ ਕਿ 28 ਸਾਲਾ ਆਦਮੀ ਚਿੱਟੇ ਰੰਗ ਦੀ ਦੋ ਡੋਰ ਵਾਲੀ ਹੁੰਡਾਈ ਉਹ ਲੈਸਟਰ ਗੱਡੀ ਚਲਾਉਂਦਾ ਸੀ ਅਤੇ ਦੋਵੇਂ ਲੋਕ ਇਸ ਗੱਡੀ 'ਚ ਸਵਾਰ ਹੋ ਸਕਦੇ ਸਨ ਗੱਡੀ ਦੀ ਲਾਇਸੈਂਸ ਪਲੇਟ PT831K ਦੱਸੀ ਗਈ ਹੈ ਦੋਵਾਂ ਲੋਕਾਂ ਅਤੇ ਉਹਨਾਂ ਦੀ ਗੱਡੀ ਦੀ ਤਸਵੀਰ ਨੂੰ ਫੇਸਬੁੱਕ ਪੇਜ ਦੇ ਰਾਹੀਂ ਵੀ ਪੁਲਿਸ ਵੱਲੋਂ ਸਾਂਝਾ ਕੀਤਾ ਗਿਆ ਹੈ ਤੇ ਬਾਕੀ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਰਾਹੀਂ ਵੀ ਦੱਸਿਆ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਜਾਣਕਾਰੀ ਅੱਗੇ ਤੋਂ ਅੱਗੇ ਪਹੁੰਚਾਈ ਜਾਵੇ ਅਤੇ ਦੋਵਾਂ ਬਾਰੇ ਜਾਂ ਗੱਡੀ ਬਾਰੇ ਕੁਝ ਪਤਾ ਲੱਗੇ ਤਾਂ ਤੁਰੰਤ ਪੁਲਿਸ ਨੂੰ ਦੱਸਿਆ ਜਾਵੇ ਕਾਬਲੇ ਗੌਰ ਹੈ ਕਿ ਇਸ ਦੇ ਬਾਅਦ ਪੁਲਿਸ ਲਗਾਤਾਰ ਲੋਕਾਂ ਦੇ ਸਹਿਯੋਗ ਦੀ ਮੰਗ ਕਰ ਰਹੀ ਹੈ ਪਰ ਦੋਵੇਂ ਨੌਜਵਾਨ ਲੜਕਾ ਤੇ ਲੜਕੀ ਦੇ ਪਰਿਵਾਰ ਇਸ ਦੇ ਬਾਅਦ ਬੇहद ਪਰੇਸ਼ਾਨ ਨੇ ਕਿਉਂਕਿ ਹਲੇ ਤੱਕ ਕੋਈ ਵੀ ਸੁਰਾਖ ਪੁਲਿਸ ਦੇ ਹੱਥ ਨਹੀਂ ਲੱਗਾ ਸੋ ਫਿਲਹਾਲ ਦੇ ਲਈ ਕੈਨੇਡਾ ਨਿਊਜ਼ ਦੇ ਵਿੱਚ ਇੰਨਾ ਹੀ ਹਲਕੇ ਮੋੜ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ